ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਵਪਾਰੀ। ਠੱਗ ਨੇ ਦਿੱਲੀ ਪੁਲਿਸ ਦਾ ਅਫਸਰ ਬਣ ਕੀਤੀ ਕਾਲ, ਵਪਾਰੀ ਨੂੰ ਭੇਜਿਆ ਨਕਲੀ ਗ੍ਰਿਫਤਾਰੀ ਦਾ ਵਾਰੰਟ। ਵਪਾਰੀ ਤੋਂ ਠੱਗ ਲਏ 1,01,00,000 ਰੁਪਏ। ਆਏ ਦਿਨ ਸਾਈਬਰ ਠੱਗਾਂ ਵੱਲੋਂ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਖਾਤਿਆਂ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਸਾਫ਼ ਕਰ ਦਿੱਤਾ ਜਾਂਦਾ ਹੈ। ਹਾਲ ਹੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਦੋਂ ਸਾਈਬਰ ਠੱਗਾਂ ਨੇ ਦਿੱਲੀ ਪੁਲਿਸ ਬਣ ਕੇ ਇੱਕ ਕਾਰੋਬਾਰੀ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ। ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਾਰੋਬਾਰੀ ਰਜਨੀਸ਼ ਅਹੂਜਾ ਸਾਈਬਰ ਠੱਗੀ ਦਾ ਸ਼ਿਕਾਰ ਹੋਇਆ। ਦੱਸ ਦੇਈਏ ਕਿ ਰਜਨੀਸ਼ ਅਹੂਜਾ ਦੇ ਕੋਲੋਂ ਠੱਗਾਂ ਨੇ 1,01,00,000 ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿੱਚ ਕਾਰੋਬਾਰੀ ਰਜਨੀਸ਼ ਅਹੂਜਾ ਨੇ ਸਾਈਬਰ ਕ੍ਰਾਈਮ ਸੈੱਲ ਪੁਲਿਸ ਨੂੰ ਸ਼ਿਕਾਇਤ ਵੀ ਦੇ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਦਿੱਲੀ ਪੁਲਿਸ ਦੇ ਅਧਿਕਾਰੀ ਬਣ ਕੇ ਉਹਨਾਂ ਨੂੰ ਵਟਸਐਪ ਜ਼ਰੀਏ ਇੱਕ ਫੋਨ ਕਾਲ ਆਈ ਸੀ, ਜਿਸ ਦੇ ਵਿੱਚ ਉਹਨਾਂ ਨੂੰ ਡਰਾਇਆ ਗਿਆ ਕਿ ਦਿੱਲੀ ਪੁਲਿਸ ਨੇ ਉਹਨਾਂ ਦਾ ਪਾਰਸਲ ਫੜ ਲਿਆ ਅਤੇ ਸੰਜੇ ਨਾਮਕ ਵਿਅਕਤੀ ਦੀ ਸ਼ਿਕਾਇਤ ਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਉਹਨਾਂ ਨੂੰ ਗ੍ਰਿਫਤਾਰੀ ਵਾਰੰਟ ਵੀ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਵਪਾਰੀ ਰਜਨੀਸ਼ ਅਹੂਜਾ ਘਬਰਾ ਗਿਆ ਅਤੇ ਉਸ ਕੋਲੋਂ ਠੱਗਾਂ ਨੇ 86,00,000 ਰੁਪਏ ਦੀ ਇੱਕ ਰਾਸ਼ੀ ਅਤੇ 15,00,000 ਰੁਪਏ ਦੀ ਇੱਕ ਰਾਸ਼ੀ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਾਈ ਅਤੇ ਜਦੋਂ ਕਾਰੋਬਾਰੀ ਰਜਨੀਸ਼ ਅਹੂਜਾ ਨੂੰ ਇਸ ਗੱਲ ਦਾ ਸ਼ੱਕ ਹੋਇਆ ਕਿ ਉਸਦੇ ਨਾਲ ਠੱਗੀ ਹੋਈ ਆ ਤਾਂ ਉਹ ਤੁਰੰਤ ਇਸ ਮਾਮਲੇ ਦੇ ਵਿੱਚ ਪੁਲਿਸ ਕੋਲ ਪਹੁੰਚਿਆ ਤੇ ਸ਼ਿਕਾਇਤ ਦਰਜ ਕਰਵਾਈ। ਫਿਲਹਾਲ ਸਾਈਬਰ ਕ੍ਰਾਈਮ ਸੈੱਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਭਰੋਸਾ ਦਿੱਤਾ ਗਿਆ ਹੈ ਕਿ ਇਹਨਾਂ ਠੱਗਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਅੜਿੱਕੇ ਇਹ ਠੱਗ ਚੜ੍ਹਦੇ ਹਨ ਜਾਂ ਫਿਰ ਨਹੀਂ। ਇਹ ਸਰ ਕੱਲ੍ਹ ਇੱਕ ਸਾਡੇ ਕੋਲ ਰਜਨੀਸ਼ ਅਹੂਜਾ ਜੀ ਦੀ ਸਾਡੇ ਕੋਲ ਇੱਕ ਕੰਪਲੇਂਟ ਦਰਜ ਕਰਵਾਈ ਸੀਗੀ ਅਤੇ ਸਾਡੇ ਕੋਲ ਹਾਜ਼ਰ ਆਏ ਸੀਗੇ, ਅਸੀਂ ਉਹਦੇ ਉੱਤੇ FIR ਰਜਿਸਟਰ ਕਰ ਲਈ ਹੈ ਅਤੇ ਅਸੀਂ ਅੱਗੋਂ ਜਿਹੜੀ ਸਾਡੀ ਜਿਹੜੀ ਤਫਤੀਸ਼ ਚੱਲ ਰਹੀ ਹੈ। ਇਹ ਮਸਲਾ ਇਸ ਤਰ੍ਹਾਂ ਸੀਗਾ ਜੀ, ਇਹਦੇ ਵਿੱਚ ਰਜਨੀਸ਼ ਅਹੂਜਾ ਜੀ ਨੂੰ ਵਟਸਐਪ ਰਾਹੀਂ ਇੱਕ ਪੁਲਿਸ ਅਫਸਰ ਬਣ ਕੇ ਪਹਿਲਾਂ ਤਾਂ ਇੱਕ ਕਾਲ ਕੀਤੀ ਜਾਂਦੀ ਹੈ ਵੀ ਤੁਹਾਡਾ ਜਿਹੜਾ ਤੁਹਾਡਾ ਕੋਈ ਕੋਰੀਅਰ ਹੈ, ਅਸੀਂ ਗਲੋਬਲ ਇੰਟਰਨੈਸ਼ਨਲ ਕੋਈ ਕੋਰੀਅਰ ਕੰਪਨੀ ਹੈ ਉੱਥੋਂ ਬੋਲਦੇ ਹਾਂ ਵੀ ਤੁਹਾਡਾ ਕੋਈ ਕੋਰੀਅਰ ਤੁਹਾਡੇ ਵੱਲੋਂ ਡਿਸਪੈਚ ਹੋਇਆ ਜੋ 16 ਪਾਸਪੋਰਟ ਹੈਗੇ ਆ ਅਤੇ 58 ATM ਹੈਗੇ ਅਤੇ ਇਸ ਇਹ ਜਿਹੜਾ ਅਸੀਂ ਵਿਅਕਤੀ ਕੋਈ ਸੰਜੇ ਸਿੰਘ ਨਾਮ ਦਾ ਵਿਅਕਤੀ ਫੜਿਆ ਅਤੇ ਉਹ ਇਹ ਦੱਸ ਰਿਹਾ ਵੀ ਤੁਹਾਨੂੰ ਜਿਹੜੇ ਇਹ ਤੁਹਾਡੇ ਨਾਮ 'ਤੇ ਖਾਤਾ ਖੁਲਾ ਕੇ 38 ਕਰੋੜ ਰੁਪਏ ਜਿਹੜੇ ਆ ਫਰੋਤੀ ਦੇ ਤੁਹਾਡੇ ਨਾਮ ਦੇ ਖਾਤੇ ਵਿੱਚ ਪੁਆਏ ਹੈ ਅਤੇ ਉਹ ਜਿਹੜੇ 38 ਕਰੋੜ ਰੁਪਏ ਤੁਹਾਡੇ ਖਾਤੇ 'ਚ ਪਾਇਆ ਅਤੇ ਤੁਹਾਡਾ ਉਹਨੇ ਤੁਹਾਡੇ ਖਿਲਾਫ਼ ਜਿਹੜੀ ਇੱਕ ਬਿਆਨ ਦਰਜ ਕਰਾਇਆ ਸਾਡੇ ਕੋਲ, ਉਹਦੇ 'ਚ ਤੁਹਾਡੇ ਅਰੈਸਟ ਵਾਰੰਟ ਜਿਹੜੇ ਉਹਨਾਂ ਨੇ ਦਿੱਲੀ ਪੁਲਿਸ ਦਾ ਇੱਕ ਅਫਸਰ ਬਣ ਕੇ ਅਰੈਸਟ ਵਾਰੰਟ ਉਹਨਾਂ ਨੂੰ ਵਟਸਐਪ ਰਾਹੀਂ ਭੇਜ ਦਿੱਤੇ, ਜਿਹੜੇ ਕਿ ਇੱਕ ਫੇਕ ਅਰੈਸਟ ਵਾਰੰਟ ਭੇਜ ਕੇ ਉਹਨਾਂ ਨੂੰ ਡਰਾ ਧਮਕਾ ਕੇ ਅਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋਲ ਵੱਡੀ ਅਮਾਊਂਟ ਜਿਹੜੀ ਹੈ ਪਹਿਲਾਂ 86 ਲੱਖ ਫਿਰ 15 ਲੱਖ ਇੱਕ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਾ ਲਈ ਅਤੇ ਇਹਦੇ ਵਿੱਚ ਸਾਨੂੰ ਇਮੀਡੀਏਟ ਅਸੀਂ FIR ਦਰਜ ਕਰਕੇ ਜਿਹੜੇ ਖਾਤੇ ਫਰੀਜ਼ ਕਰਾ ਦਿੱਤੇ ਆ, ਫਰਦਰ ਅਸੀਂ ਜਿਹੜੇ ਉਹਨਾਂ ਦਾ ਲਿੰਕ ਅਸਟੈਬਲਿਸ਼ ਕਰਕੇ ਅਤੇ ਅੱਗੋਂ ਜਿਹੜੇ ਖਾਤਿਆਂ 'ਚ ਪੈਸੇ ਗਏ ਆ ਉਹਨਾਂ ਨੂੰ ਟਰੇਸ ਕਰਕੇ ਜਿਹੜੀ ਆ ਬਣਦੀ ਕਾਰਵਾਈ ਅਮਲ 'ਚ ਲਿਆਉਂਦੇ। ਦੇਖੋ ਜੀ, ਮੈਂ ਜਿੱਦਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, ਇਹ ਨਵਾਂ ਮਾਡਲ ਸਪਰਿੰਡੀ ਇੱਕ ਸਾਈਬਰ ਠੱਗਾਂ ਨੇ ਅਪਣਾਇਆ ਵੀ ਕਿਸੇ ਵੀ ਇੰਡਸਟਰੀਜ਼ ਨੂੰ ਜਾਂ ਕਿਸੇ ਵੀ ਕਾਰੋਬਾਰੀ ਨੂੰ ਇੱਦਾਂ ਟਾਰਗੇਟ ਕਰਕੇ ਕੋਈ
ਉਹਨਾਂ ਨੂੰ ਡਰਾ ਧਮਕਾ ਕੇ ਜਾਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਕੋਈ ਅਰੈਸਟ ਦਾ ਜਾਂ ਕੋਈ ਨੋਟਿਸ ਭੇਜ ਕੇ ਉਹਨਾਂ ਤੋਂ ਪੈਸੇ ਜਿਹੜੇ ਆ ਉਹ ਪਵਾ ਲਏ ਜਾਂਦੇ ਆ। ਅਤੇ ਮੇਰੀ ਤੁਹਾਡੇ ਰਾਹੀਂ ਇਹ ਅਪੀਲ ਹੈਗੀ ਆ, ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੋਈ ਵਟਸਐਪ ਦੇ ਉੱਤੇ ਮੈਸੇਜ ਆਉਂਦਾ ਜਾਂ ਪੁਲਿਸ ਅਫਸਰ ਬਣ ਕੇ ਕਾਲ ਕਰਦਾ, ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਸਾਈਬਰ ਕ੍ਰਾਈਮ ਨੂੰ ਜ਼ਰੂਰ ਸੂਚਿਤ ਕਰੋ ਤਾਂ ਜੋ ਤੁਸੀਂ ਇੱਦਾਂ ਦੀ ਸਾਈਬਰ ਠੱਗੀ ਤੋਂ ਬਚ ਸਕੋ। ਇਹ ਉਹਨਾਂ ਨੂੰ ਦਿੱਲੀ ਦਾ ਦੱਸਿਆ ਸੀ ਵੀ ਦਿੱਲੀ ਤੋਂ ਬੋਲ ਰਹੇ ਹਾਂ ਅਸੀਂ, ਬਟ ਬਾਕੀ ਅਸੀਂ ਹੁਣ ਜਿਹੜੀ ਆ ਵਟਸਐਪ ਤੋਂ ਜਾਂ ਹੋਰ ਅਲੱਗ ਅਲੱਗ ਜਿਹੜੇ ਆ ਐਫਰਟਸ ਕਰਕੇ ਉਹਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਨਹੀਂ, ਏਅਰਪੋਰਟ ਦਾ ਜ਼ਿਕਰ ਨਹੀਂ ਹੈਗਾ ਜੀ, ਇਹਦੇ ਵਿੱਚ ਇਹ ਦੱਸਿਆ ਗਿਆ ਵੀ ਏਅਰਪੋਰਟ ਤੋਂ ਜਿਹੜੇ ਪਾਰਸਲ ਜਿਹੜਾ ਮਿਲਿਆ, ਪਾਰਸਲ ਦਾ ਦੱਸਿਆ ਗਿਆ ਵੀ ਏਅਰਪੋਰਟ ਤੋਂ ਜਿਹੜਾ ਪਾਰਸਲ ਜਿਹੜਾ ਤੁਹਾਡਾ ਕੋਰੀਅਰ ਸੀਗਾ ਉਹ ਰਿਕਵਰ ਹੋਇਆ, ਉਹਦੇ ਵਿੱਚ ਪਾਸਪੋਰਟ ਸੀਗਾ। ਮਾਮਲਾ ਦਰਜ ਕਰ ਲਿਆ ਜੀ ਅੱਗੋਂ ਖਾਤਿਆਂ ਰਾਹੀਂ, ਅਤੇ ਜਿਹੜੇ ਨੰਬਰਾਂ ਤੋਂ ਕਾਲਾਂ ਆ ਰਹੀਆਂ ਉਹਦੇ 'ਤੇ ਹੀ ਅਸੀਂ ਲਿੰਕ ਸਟੈਬਲਿਸ਼ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਜੀ।